अक्सर फोन पर कुछ ऐसे नंबरों से कॉल आती है जो या तो कंपनी के होते हैं या फिर ऐसे लोगों के जो फोन करने के बाद आपके बैंक अकाउंट को साफ कर देते हैं पिछले दिनों भी हमने एक फर्जी कॉल की खबर नशर की थी लेकिन अब इन नौसरबाजों ने ठगी करने का नया तरीका अपनाया है पंजाब के रहने वाले एक व्यक्ति को बहुत चर्चित ऑनलाइन शॉपिंग कंपनी के नाम की एक फर्जी चिट्ठी आई है जिसमे उस व्यक्ति के नाम के एक कूपन से लाखों रुपए के इनाम निकालने की बात कही गई है ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਇਹ ਵੀਡੀਓ ਪਾਉਣ ਦਾ ਮਕਸਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅੱਜ ਮੈਨੂੰ ਇੱਕ ਚਿੱਠੀ ਮਿਲੀ ਜਿਹਦੇ ਉੱਤੇ ਮੇਰਾ ਨਾਮ ਮੋਬਾਈਲ ਨੰਬਰ ਜੋ ਮੈਂ ਤੁਹਾਡੇ ਸਾਹਮਣੇ ਕੱਟ ਦਿੱਤਾ ਤੇ ਰিসিਵ ਹੋਈ ਤੇ ਮੈਂ ਜਾ ਕੇ ਰিসিਵ ਕਰਕੇ ਲਿਆਇਆ ਜਦੋਂ ਇਹਨੂੰ ਮੈਂ ਚਿੱਠੀ ਨੂੰ ਖੋਲ੍ਹਿਆ ਇਹਦੇ ਉੱਤੇ ਕਲਕੱਤੇ ਦਾ ਐਡਰੈਸ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਲਕੱਤੇ ਦਾ ਐਡਰੈਸ ਹੈ ਤੇ ਇਹਦੇ ਵਿੱਚੋਂ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਇਦੇ ਵਿੱਚੋਂ ਮੈਂ ਜਦੋਂ ਖੋਲਿਆ ਤਾਂ ਇੱਕ ਬਹੁਤ ਹੀ ਸੋਹਣਾ ਮਤਲਬ ਕੁੱਪਨ ਨਿਕੜਿਆ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਤੁਸੀਂ ਸਕ੍ਰੈਚ ਕਰੋ ਤਾਂ ਜਦੋਂ ਮੈਂ ਸਕ੍ਰੈਚ ਕੀਤਾ ਤਾਂ 9.5 ਲੱਖ ਰੁਪਏ ਉਹਨਾਂ ਨੇ ਸ਼ੋਅ ਕੀਤਾ ਮੈਨੂੰ ਤੇ ਮੈਂ ਫਿਰ ਆਇਆ ਮੁੱਦੇ ਤੇ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣਾ ਚਾਹੁੰਦਾ ਇਹਦੇ ਤੇ ਲਿਖਿਆ ਗਿਆ ਹੈ ਕਿ ਤੁਸੀਂ ਸਨੈਪ ਡੀਲ ਦੇ ਕਸਟਮਰ ਹੋ ਕਿ ਤੁਹਾਡਾ ਇਹ ਨੰਬਰ ਹੈ ਤੁਸੀਂ ਇਹ ਮਤਲਬ ਕਾਰਡ ਦਾ ਸਕ੍ਰੈਚ ਕਰਕੇ ਤੁਸੀਂ ਆਪਣੀ ਡਿਟੇਲ ਦੇਖੋ ਧਿਆਨ ਨਾਲ ਦੇਖੋ ਮੇਰੇ ਵੀਰ ਅਕਾਊਂਟ ਹੋਲਡਰ ਨੇਮ ਬੈਂਕ ਅਕਾਊਂਟ ਨੰਬਰ IFSC ਕੋਡ ਮੋਬਾਈਲ ਨੰਬਰ ਪੈਨ ਨੰਬਰ ਬ੍ਰਾਂਚ ਨੇਮ ਬ੍ਰਾਂਚ ਬੈਂਕ ਨੰਬਰ ਆਧਾਰ ਨੰਬਰ ਇੱਥੋਂ ਤੱਕ ਕਿ ਇਹ ਬੰਦਿਆਂ ਨੇ ਸਨੈਪ ਡੀਲ ਦੀ ਪ੍ਰਾਈਵੇਟ ਲਿਮਿਟ ਦੀ ਮੋਹਰ ਵੀ ਲਵਾਈ ਹੋਈ ਹੈ ਲਾਈ ਹੋਈ ਹੈ ਤੇ ਐਡਰੈਸ ਵੀ ਪੂਰਾ ਪਾਇਆ ਹੈ ਕਲਕੱਤੇ ਦਾ ਮੈਂ ਆਨਲਾਈਨ ਸਰਚ ਕੀਤੀ ਸੀ ਕਿ ਜਦ ਕਿ ਇਹਨਾਂ ਦਾ ਹੈੱਡ ਆਫਿਸ ਸਨੈਪ ਡੀਲ ਦਾ ਦਿੱਲੀ ਹੈ ਉਸ ਤੋਂ ਬਾਅਦ ਮੇਰਾ ਵੀਰ ਮੈਂ ਇਸ ਨੰਬਰ ਤੇ ਫੋਨ ਕੀਤਾ ਮੈਂ ਕਿਹਾ ਦੇਖਿਓ ਤੁਸੀਂ ਕੀ ਕੀ ਕਰਦੇ ਮੈਨੂੰ ਸਮਝਦਾ ਮੈਂ ਆ ਗਿਆ ਸੀ ਕਿ ਇਹ ਫੇਕ ਕੰਮ ਹੈ ਪਰ ਮੇਰਾ ਵੀਰ ਜਦੋਂ ਮੈਂ ਫੋਨ ਕੀਤਾ ਪਹਿਲਾਂ ਤਾਂ ਉਹਨੇ ਬੰਦੇ ਨੇ ਮੈਨੂੰ ਵਧਾਈ ਦਿੱਤੀ ਕਿ ਤੁਹਾਨੂੰ ਕੁੱਪਨ ਲਿਖੜਾ ਹੈ 99 ਲੱਖ ਰੁਪਏ ਬਣ ਗਿਆ ਤੁਹਾਡਾ ਤਾਂ ਤੁਸੀਂ ਆ ਮੈਨੂੰ ਕਰ ਦਿਓ ਬੰਦੇ ਤੇ ਦੇਖੋ ਕੰਫੀਡੈਂਸ ਲੈਵਲ ਇੰਨਾ ਸੀ ਬੰਦਾ ਕਹਿੰਦਾ ਪੈਨ ਕਾਰਡ ਪੈਨ ਨੰਬਰ ਤੇ ਆਧਾਰ ਨੰਬਰ ਮੈਨੂੰ ਨਾ ਦੋ ਤਾਂ ਕੋਈ ਚੱਕਰ ਨਹੀਂ ਠੀਕ ਹੈ ਮੈਂ ਫਿਰ ਬੰਦੇ ਨੂੰ ਪ੍ਰੋਪਰਲੀ ਕਿਹਾ ਮੈਂ ਨੇ ਕਿਹਾ ਤੁਸੀਂ ਕਿਉਂ ਠੱਗੀਆਂ ਮਾਰਦੇ ਹੋ ਕਿਉਂ ਲੁੱਟਾ ਕਰਦੇ ਹੋ ਤਾਂ ਬੰਦਾ ਮੈਨੂੰ ਅੱਗੋ ਕਹਿੰਦਾ 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 ਕਿਉਂ ਦਿਮਾਗ ਮੇਰਾ ਖਾਤਾ ਹੈ ਕਿ ਤੁਸੀਂ ਹੋਰ ਕੰਮ ਕਰ ਲਓ ਕਿਉਂਕਿ ਇਹ ਤਾਂ ਅਸੀਂ ਅਸੀਂ ਠੱਗੀਆਂ ਹੀ ਮਾਰਾਂਗੇ ਇਸ ਕਰਕੇ ਮੇਰੇ ਇਸ ਚੀਜ਼ ਵੀਡੀਓ ਬਣਾਉਣ ਦਾ ਮਕਸਦ ਆ ਜੇ ਸੀ ਕਿ ਕੋਈ ਵੀ ਮੇਰਾ ਵੀਰ ਇਹ ਚੀਜ਼ ਨੂੰ ਦੇਖ ਕੇ ਕਿ ਕੁਪਨ ਬੜਾ ਸੋਹਣਾ ਹੈ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਕਿ ਕਿਤੇ ਤੁਸੀਂ ਆਪਦਾ ਪਰਸਨਲ ਡਿਟੇਲ ਪਾ ਕੇ ਕਿਤੇ ਸਨੈਪ ਡੀਲ ਵਾਲੇ ਚੱਕਰਾਂ 'ਚ ਪੈ ਕੇ ਕਿ 9.5 ਲੱਖ ਰੁਪਏ ਮਿਲੇਗਾ ਉਹ ਨਾ ਕਰ ਦਿਓ ਮਤਲਬ ਸੈਂਡ ਨਾ ਕਰ ਦਿਓ ਕਿ ਕਿਤੇ ਫਿਰ ਦਿੱਕਤ ਆਵੇ ਤੁਹਾਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ऐसी वीडियोस दिखाकर हमारा उद्देश्य आपको सचेत करना है ताकि आप भी ऐसे धोखेबाजों से बच सकें ब्यूरो रिपोर्ट डी5 चैनल हिंदी